ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਕਟਾਣਾ ਸਾਹਿਬ ਮੂਹਰੇ ਖੜੇ ਆ, ਮੋਟਰਸਾਈਕਲ ਤੇ ਆ। ਅੱਜ ਆਪਾਂ ਤੁਹਾਨੂੰ ਮੋਟਰ ਤੇ ਲੈ ਕੇ ਚੱਲਦੇ ਆ। ਪਿੰਡ ਵਾਲੀ ਮੋਟਰ ਨਹੀਂ ਹੈ, ਦੂਜੀ ਮੋਟਰ ਆ ਸਾਡੀ। ਦੂਰ ਜ਼ਮੀਨ ਆ, ਕਿਹੜੇ ਪਿੰਡ ਦਾ? ਖੋਖਰਾ। ਮੈਨੂੰ ਨੀਲੋ ਜਿਹੜਾ ਆਉਂਦਾ, ਨੀਲੋ ਜਦੋਂ ਆਪਾਂ ਲੁਧਿਆਣੇ ਤੋਂ ਚੰਡੀਗੜ੍ਹ ਜਾਂਦੇ ਹਾਂ ਉੱਥੇ ਨੀਲੋ ਆਉਂਦਾ ਇੱਕ। ਹਾਂ, ਸਾਡੀ ਖੋਖਰਾ ਕਿੰਨੀ ਜ਼ਮੀਨ ਆ, ਤੁਹਾਨੂੰ ਉੱਥੇ ਲੈ ਕੇ ਚੱਲਦੇ ਆ। ਮੇਵਾ ਚੱਲਦੇ ਆ ਜੀ, ਆਹ ਦੇਖ ਲਓ ਨਹਿਰ ਵਗ ਰਹੀ ਆ ਤੇ ਅਸੀਂ ਵੀ ਵਗਣ ਲੱਗੇ ਆ। ਹੰਡੜਾ ਸਰ। ਸੋ ਆਪਾਂ ਪਹੁੰਚ ਗਏ ਜੀ ਮੋਟਰ ਤੇ। ਬਹੁਤ ਅੱਜ ਕੈੜੀ ਧੁੱਪ ਆ ਤੇ ਰਾਹ 'ਚ ਨੀਲੋ ਤੋਂ ਆਪਾਂ ਬਰਗਰ ਪੈਕ ਕਰਾਉਣੇ ਸੀ, 20-20 ਰੁਪਏ ਵਾਲਾ। ਮੈਂ 30-30 ਵਾਲਾ ਕਰਾਉਣਾ ਚਾਹੁੰਦਾ ਸੀ ਪਰ ਉਹਨੇ 20-20 ਵਾਲਾ ਪੈਕ ਕਰਤਾ। ਅਤੇ ਚਾਚਾ ਸਪਰੇ ਕਰ ਰਿਹਾ, ਇੱਕ ਚਾਚੇ ਲਈ ਕਰਾਇਆ, ਇੱਕ ਮੈਂ ਆਪਣੇ ਲਈ। ਹਾਕ ਮਾਰ ਲੈਣੇ ਚਾਚੇ ਨੂੰ, ਚਾਚੇ ਆ ਜਾ। ਦੇਖੋ ਜੀ, ਬੂਟ ਬਹੁਤ ਵਧੀਆ ਨੇ। ਨੇੜੇ ਕੀਤੀ ਆ ਮੋਟਰ ਮਸ਼ੀਨ, ਮੋਟਰ ਕਿਹਦੇ ਉੱਤੇ ਆ? ਉੱਥੇ ਆ, ਐਂ ਪੜਾ ਜਾਂਦੇ ਨਾ ਇੱਥੇ ਕੰਮ ਕਰਕੇ ਜਵਾਕ ਬਾਹਰ ਹੈ ਨਾ। ਚਾਚੇ ਨੇ ਬਰਗਰ ਲਿਆ ਕੇ ਇੱਥੇ, ਪਰ ਇਹਨੇ 20 ਵਾਲਾ ਹੀ ਪੈਕ ਕਰਤਾ। ਮੈਨੂੰ 30 ਵਾਲਾ ਕਿਹਾ ਸੀ, ਬਾਅਦ 'ਚ ਕਹਿੰਦਾ 20 ਵਾਲਾ ਹੀ ਕਰਤਾ। ਚਲੋ, ਰਾਏ ਕੱਟਣੀ ਵੀ ਆ। ਰਵੀ ਨੇ ਨਹੀਂ ਖਾਣਾ ਹੈਗਾ। ਰਵੀ ਨੇ ਕਿਉਂ ਨਹੀਂ ਖਾਣਾ ਚਾਚੇ? ਮੇਰੇ 'ਚ ਖਾ ਲਾ, ਅੰਦਰ ਨਹੀਂ ਖਾ ਲਾ। ਅਸੀਂ ਕਿਹਦੇ ਨੂੰ ਨਹੀਂ ਦੱਸਦੇ? ਕਿਹਦੇ ਨੂੰ ਨਹੀਂ ਦੱਸਣਾ? ਨਿਊਡਲ ਵਾਲੇ ਬਰਗਰ ਬਾਹਰ ਨਹੀਂ ਮਿਲਦੇ ਇਹ। ਇਹ ਪਹਿਲਾਂ 5 ਦਾ ਹੁੰਦਾ ਸੀ ਇਹ ਜਾਂ ਨਾ, ਬਾਹਰ ਹੋਮ ਮੇਡ ਆਈ ਟਿੱਕੀ ਮਿਲਦੀ ਆ। ਚਾਚਾ ਬਾਹਰ, ਚਾਚੇ ਬਾਹਰ ਸੌਖਾ ਘੂਰੇ ਸੌਖਾ ਬੇ ਉਰੇ ਸੌਖਾ ਬਾਹਰ ਨਾ ਟੋਏ ਨਹੀਂ ਸਿੱਧੇ ਹੋਣ ਦਿੰਦੇ, ਬਾਹਲਾ ਕੰਮ ਲੈਂਦੇ ਨੇ। ਕਿਸੇ ਦੇ ਚੱਲਿਆ ਮਿਲਦੇ ਨਹੀਂ ਕੋਈ ਘਰੇ, ਛੁੱਟੀ ਵਾਲੇ ਦੇਣਾ ਜੀ। ਪੀਜ਼ਾ ਮੰਗਾ ਲੈਂਦੇ ਆ ਬਸ। ਇੱਕ ਠੰਡੇ ਦੀ ਬੋਤਲ ਬਹੁਤ ਸਵਾਦ ਨੇ। ਮੈਂ ਮੀਂਹ ਪੈਣ ਕਰਕੇ ਕਣਕ ਦੱਬ ਗਈ ਪਾਣੀ ਖੜਨ ਕਰਕੇ 5 ਕਿੱਲਿਆਂ 'ਚ। ਮੈਂ ਜਿੰਕ ਸਲਫਰ ਜੈਂਕ ਤੇ ਉਹਦੀ ਲੋਹੇ ਦੀ ਸਪਰੇ ਕਰਦਾ ਤਾਕਤ ਵਾਲੀ, ਫਿਰ ਉਹ ਦੁਬਾਰਾ ਫਸਲ ਤਕੜੀ ਹੋ ਜਾਏ। ਹਾਂ, 5 ਕਿੱਲਿਆਂ ਦੇ ਖੇਤੀ ਫਾਇਦਾ ਘੱਟ ਹੁਣ। ਹਾਂ, ਫਾਇਦਾ ਹੀ ਆ ਜੇ ਮਿਹਨਤ ਕਰੇ ਨਾ ਬੰਦਾ। ਮਿਹਨਤ ਕਰੇ ਜੇ ਹੁਣ 2 ਕਿੱਲੇ ਫਿਰ ਨਹੀਂ ਫਾਇਦਾ, ਨਹੀਂ ਨਾ ਫਾਇਦਾ ਹੀ ਆ। ਜੇ ਹੁਣ 20 ਕਿੱਲੇ ਨੇ 10 ਲੱਖ ਜਾਪਤੀ ਆ ਜਾਂਦੀ ਆ। ਅਸੀਂ ਮੋਟਰ 'ਤੇ ਪਹਿਲੀ ਵਾਰ ਆਏ ਜਦੋਂ ਤੇ ਕੈਨੇਡਾ ਤੋਂ ਆਏ ਆ। ਤੇਰਾ ਵੀ ਤੂੰ ਤਾਂ ਕਈ ਸਾਲਾਂ ਬਾਅਦ ਆਇਆ ਨਾ? ਜਾਣ 6 ਸਾਲ ਹੋ, 6 ਸਾਲਾਂ ਬਾਅਦ ਮੋਟਰ 'ਤੇ ਆਇਆ ਦੇਖ ਲਓ। ਪਹਿਲਾਂ ਬਹੁਤ ਕੰਮ ਕੀਤਾ ਆਪਾਂ ਮੋਟਰ, ਜਿਹੜੇ ਕੱਕ ਉੱਖ ਨੇ ਇਹਦੇ ਕਰਕੇ ਰੱਖੇ ਤੇ ਆ, ਹੁਣ ਇੱਥੇ ਨਹੀਂ ਲਾਉਣਾ। ਕੱਚ ਜ਼ਿਆਦਾ, ਇੱਕ ਵਾਰੀ ਤੂੰ ਤੇ ਮੈਂ ਬਾਹਲੀ ਕਣਕ ਵੱਢੀ ਸੀ ਹੈ ਨਾ, ਬਾਹਲੀ ਜ਼ਿਆਦਾ ਸਾਡੇ ਹਾਂ ਸਾਰੇ ਨਿਸ਼ਾਨ ਪੈ ਗਏ ਸੀ। ਕੁੜੇ ਗੁਰੇ ਲਾ ਕੇ ਫਿਰ ਰੈਸ਼ਰ ਨਾਲ ਕਢਾਈ ਦੇ, ਰੈਸ਼ਰ ਨਾਲ ਕਢਾਈ ਸੀ। ਮੈਂ ਤੇ ਚਾਚਾ ਲੱਗੇ ਰਹੇ, ਸਾਨੂੰ ਤਾਂ ਇਹਦੀ ਵੀ ਵੱਢ ਦੇਣੀ, ਉਹ ਬਾਹਲੀ ਜ਼ਿਆਦਾ ਸੀਗੀ। ਨਹੀਂ, ਰਾਤ ਨੂੰ ਬੱਦਲ ਹੋਏ ਤੀ ਬਹੁਤ, ਮਸ਼ੀਨ ਰਾਤ ਨੂੰ ਚੱਲੀ ਤੀ, ਉਹਨੇ ਰਾਤ ਨੂੰ ਕਾਲੀ ਕਰਨ ਕਰਕੇ ਬੱਦਲ ਕਰਕੇ ਆਲੇ ਦੁਆਲੇ ਛੱਡਤੀ ਬਹੁਤ, ਕਿਉਂ ਖੁੰਜਿਆਂ ਤੇ ਖੰਭਿਆਂ ਆਲੇ ਦੁਆਲੇ ਉਹੀ ਵੱਢੀਆ, ਕਿਤੇ ਆਪਾਂ ਉਹ ਨਹੀਂ ਵੱਢੀ। ਉਹੀ ਸੀ ਇੰਨੀ ਸੀ ਵਨ ਆਫ ਦਾ ਮੋਸਟ ਹਾਰਡ ਵਰਕਿੰਗ ਡੇ ਸੀ ਜਦੋਂ ਅਸੀਂ ਲੱਗੇ ਹੋਏ ਸਵੇਰ ਤੋਂ। ਸਾਰਾ ਦਿਨ ਲੱਗ ਗਿਆ ਤੁਹਾਡਾ, ਤੁਸੀਂ ਅਸੀਂ ਮਾੜਾ ਜਿਹਾ ਕੰਮ ਹੋ ਜਾਏ ਜਾਂਦੇ ਹਾਂ ਨਾ। ਉਹ ਬਹੁਤ ਕਣਕ ਸੀ ਉਹ, ਨਹੀਂ ਫਿਰ ਜਦੋਂ ਕਣਕ ਇਕੱਠੀ ਕੀਤੀ ਡੈਡੀ ਨੇ ਪੱਲੀ, ਡੈਡੀ ਕਹਿੰਦੇ ਮੈਂ ਪੱਲੀ 'ਚ ਇਕੱਠੀ ਕੀਤੀ, ਮੈਂ ਕਿਹਾ ਵੀ ਮੈਂ ਦਾਣੇ ਕੱਢਦੇ, ਡੈਡੀ ਕਹਿੰਦੇ ਮੈਂ 5-6 ਸੋਟੀਆਂ ਮਾਰੀਆਂ, ਮੈਂ ਖੋਲੀ ਕੋਈ ਫਰਕ ਨਹੀਂ। ਕਿੰਨੇ ਸਾਲ ਹੋਏ ਚਾਚੇ ਆਪਣੀ ਜ਼ਮੀਨ ਵੀ ਦੱਸ ਦੇਣ? ਚਾਚੇ ਦੇ ਵਿਆਹ ਤੋਂ ਪਹਿਲਾਂ ਦਿੱਤੀ ਸੀ ਨਾ ਚਾਚੇ? ਚਾਚੇ ਦਾ ਵਿਆਹ ਸਾਰਾ ਜ਼ਮੀਨ ਤੇ ਡਿਪੈਂਡ ਕਰਦਾ ਸੀ, ਜੇ ਜ਼ਮੀਨ ਨਾ ਹੁੰਦੀ ਚਾਚਾ ਚਾਚਾ ਫਿਰ ਆਈ ਹੋਣਾ ਵੀ। ਆਲੇ ਦੁਆਲੇ ਦੇ ਪਿੰਡਾਂ 'ਚ ਬਿੱਲਾ ਸਰਦਾਰ ਕਹਿੰਦੇ ਚਾਚੇ ਨੂੰ, ਨੱਸੀ ਵਾਲਾ। ਅੱਖਾਂ ਚਾਚੇ ਦੀਆਂ ਨੀਲੀਆਂ ਜੀਆਂ ਨੇ। 16 ਸਾਲ ਹੋਣੇ ਹੈ ਨਾ ਜ਼ਮੀਨ ਲਈ ਨੂੰ, ਘਰ ਵੀ ਚੱਕੇ ਲੈਂਦਾ ਤੇ ਡਾਕਣਾ ਵੀ ਹੁੰਦਾ। ਮੰਜੇ ਜੀ ਆਪਣੀ ਮੋਟਰ ਤੇ ਆ ਗਏ ਨੇ 3, ਇੱਕ ਤਾਕਤ ਬੋਸ ਬਣਾਇਆ ਹੋਇਆ। ਇੰਨੇ ਮੰਜੇ ਕਾਹਦੇ ਵਾਸਤੇ ਰੱਖੇ? ਤੁਹਾਨੂੰ ਦੱਸਣਾ ਨੀ ਕਿਉਂ ਰੱਖੇ ਹੋਏ ਨੇ ਇਹ। 5 ਰੱਖਿਆ ਚਾਚਾ ਆਪਾਂ ਕਦੇ? ਸਾਂਝੀ ਨਾ ਆਪਣਾ ਕੋਠੇ ਦੇ ਗਿਰ ਗਿਆ ਦੀ ਹੁਣ, ਉਹ ਵੀ ਇੱਕ ਇੰਟਰਸਟਿੰਗ ਸਟੋਰੀ। ਜੀਰੀ ਵੇਲੇ ਰੱਖ ਦਿੰਦਾ ਬੰਦਾ ਜੀ। ਸਾਂਝੀ ਵਾਲੀ ਸਟੋਰੀ ਸੁਣਾ ਤੇ ਆਪਾਂ ਸਾਂਝੀ ਰੱਖਿਆ ਜਿਹੜਾ। ਸਾਂਝੀ ਨੇ ਦਾਰੂ ਵੱਧ ਪੀ ਲਈ, ਕੋਠੇ ਤੇ ਬਾਥਰੂਮ ਕਰਨ ਲੱਗਿਆ, ਜੰਗਲੇ ਦੇ ਉੱਤੇ ਹੀ ਥੱਲੇ ਗਿਰ ਗਿਆ ਨਵੇਂ ਘਰ 'ਚ ਨਾ, ਨਵੇਂ ਘਰ 'ਚ ਉਹ ਨਵਾਂ ਘਰ ਪੈਂਦਾ ਸੀ। ਤੇ ਭਈਆ ਦੀ ਦੂਆ ਨੈਣਾ ਦੇਵੀ ਤੋਂ ਉਹਨੇ ਆ ਕੇ ਦੇਖਿਆ, ਨਹੀਂ ਨਾ ਰਾਤ ਨੂੰ ਸਾਨੂੰ ਪਤਾ ਹੀ ਨਹੀਂ ਲੱਗਣਾ ਜੀ। ਡਾਕਟਰ ਦੇ ਲੈ ਕੇ ਗਿਆ, ਉਹ ਕਹਿੰਦਾ ਵੀ ਮੈਂ ਸਾਂਭਣਾ ਨਹੀਂ ਇਹਨੂੰ, ਇੱਕ ਪੈੱਗ ਹੋਰ ਦੇ ਦਿਓ, ਇੱਕ ਦਾਰੂ ਦੀ ਬੋਤਲ ਹੋਰ। ਤਾਂ ਦੂਏ ਦਿਨ ਤੱਕ ਉਹਦਾ ਦਰਦ ਠੀਕ ਹੋ ਜਾਂਦਾ ਨਾ ਇਹਦੇ। ਕਿੰਨੇ ਪੈ ਲੱਗੇ ਚਾਚੇ ਆਪਣੇ? 1,00,000 ਦੇ ਉੱਤੇ ਲੱਗ ਗਏ ਜੀ। ਦੇਖ ਲਓ ਇਹ ਰੱਖਿਆ ਕੰਮ ਕਰਾਉਣ, ਸਾਡਾ ਕੰਮ ਹੀ ਵਧਾ ਦਾ ਇਹ। ਚਾਚੇ ਆਪਣਾ ਸੂਤ ਨਹੀਂ, ਇੱਕ ਪਹਿਲਾਂ ਸ਼ੈਂਪੂ ਪੈਸੇ ਲੈ ਕੇ ਭੱਜ ਗਿਆ ਸੀ ਨਾ। ਇੱਕ ਪਹਿਲਾਂ ਭਈਆ ਰੱਖਿਆ ਸੀ, ਉਹ ਪੈਸੇ ਲੈ ਕੇ ਭੱਜ ਗਏ ਸਾਡੇ। 7,000 ਬਾਹਰਲੇ ਮੁਲਕ ਹੈ, ਠੀਕ ਆ, ਕੰਮ ਕਰਾ ਕੇ ਮਗਰੋਂ ਪੈਸੇ ਦਿੰਦੇ, ਇੱਥੇ ਅਸੀਂ ਦਿੰਦੇ ਹਾਂ ਪਹਿਲਾਂ ਪੈਸੇ, ਤਾਂ ਭੇਜਦੇ ਪੈਸੇ ਵੀ ਘੱਟ ਦਿੰਦੇ ਆਪਾਂ। ਹਾਂ,
ਉੱਥੇ ਤਾਂ ਹੁਣ ਉੱਥੇ ਨਾ ਮੈਂ 9 ਰੁਪਏ ਘੰਟਾ, ਉਰੇ ਨਾ ਫਿਰ 50 ਰੁਪਏ ਘੰਟਾ ਪੈਂਦਾ। ਉੱਥੇ ਨਾ ਬਸ ਨਾ ਪਾਣੀ ਦਿੰਦੇ ਨੇ ਉੱਥੇ ਬਾਹਰ, ਨਾ ਚਾਹ ਨਾ ਰੋਟੀ। ਟੈਲੀਫੋਨ ਕਰੀ ਜਾਂਦੇ ਨੇ, ਨੀ ਭੈਣੇ ਅੱਜ ਸਾਗ ਬਣਾਇਆ ਉੱਥੇ, ਬਹੁਤ ਲਾਈਨ ਲੱਗਦੀ ਆ। ਉਧਰਲੀ ਆਂਟੀਆਂ ਨੂੰ ਸਾਰਾ ਮੈਨੂੰ ਪਤਾ ਵੀ ਆਹ ਦਿਨ ਆਹ ਗੁਰਦੁਆਰੇ ਕੜੀ ਬਣਨੀ ਆ, ਅੱਜ ਦਾਲ ਸਾਗ ਬਣਾ, ਉਹਨਾਂ ਨੂੰ ਫਿਰ ਉਹ ਕਹਿੰਦੇ ਆਹ ਗੁਰਦੁਆਰੇ ਦੀ ਕੜੀ ਚੌਲ ਸਵਾਦ ਆ, ਇਹਦਾ ਰਿਐਲਿਟੀ ਆ, ਤੁਹਾਨੂੰ ਪਤਾ ਹੀ ਆ। ਬੰਦਿਆਂ ਦਾ ਉੱਥੇ ਚੱਲੀ ਜਾਂਦੇ ਜਿਵੇਂ ਚੱਕੀ ਚੱਲਦੀ ਆ, ਜਨਾਨੀਆਂ ਥੋੜ੍ਹੇ ਆ ਲੇਡੀਜ਼ ਐਸ਼ ਕਰਦੀਆਂ ਨੇ, ਟਰੱਕ ਵਾਲਾ 15-15 ਦਿਨ ਮੁੜਦੇ ਨੇ ਜੀ, ਉਹ ਰੱਖਦੇ ਆ 3 ਮੀਟਰ ਦੀ ਚੁੰਨੀ ਲੈ ਕੇ ਉੱਤੇ, ਗੋਟਾ ਗੋਟਾ ਵਧੀਆ ਲਾਉਂਦੀਆਂ ਨੇ, ਤੀਆਂ ਵੀ ਲਾਉਂਦੀਆਂ ਨੇ। ਇੰਨੀਆਂ 'ਚ ਕਿੰਨੀਆਂ ਕੁ ਜਨਾਨੀਆਂ ਦੇਖ ਲਿਆ ਗਿਆ ਥੋੜ੍ਹੇ ਮਹੀਨਿਆਂ ਲਈ ਤੂੰ? ਮੈਂ ਨੈੱਟ 'ਤੇ ਦੇਖੀ ਗਿਆ ਸਨੀ ਕੋ, ਤੀਆਂ ਤੂੰ ਲੱਗੀਆਂ ਜਾਂ ਹੋਰ, ਆਪਾਂ ਬੰਦਿਆਂ ਵੱਲ ਦੇਖਦੇ ਨਹੀਂ ਤੇ ਗੋਰਿਆਂ ਵੱਲੇ ਦੇਖਦੇ ਜਾਂ ਗੁਰਦੁਆਰਿਆਂ ਜਨਾਨੀਆਂ ਵੱਲ। ਵਾਹਿਗੁਰੂ ਜੀ। ਇਹ ਐਂ ਦੇਖਣਾ ਵੀ ਜਿਹੜਾ ਹੁਣ ਬੰਦਾ ਉੱਧਰ ਜਾਂਦਾ ਉਹ ਡਾਈ ਨਹੀਂ ਲੱਗਦੀ, ਦਾੜੀ ਚਿੱਟੀ ਹੋ ਜਾਂਦੀ ਆ। ਜਿਹੜੇ ਸਾਡੀ ਇੱਧਰੋਂ ਜਨਾਨੀਆਂ ਜਾਂਦੀਆਂ ਨੇ, ਭੈਣਾਂ ਲਾ ਲਓ ਚਾਹੇ ਮਾਵਾਂ ਲਾ ਲਓ, ਉਹ ਇੱਧਰ ਨੂੰ ਪੰਜਾਬ 'ਚ ਆ ਕੇ ਖੁਸ਼ ਨਹੀਂ, ਉਹ ਕਹਿੰਦੇ ਨੇ ਅਸੀਂ ਇਟਲੀ ਜਾਈਏ, ਇੰਗਲੈਂਡ ਜਾਈਏ, ਉੱਧਰ ਐਸ਼ ਆ। ਹਾਂ ਇੱਧਰ ਕਹਿੰਦੇ ਨੇ ਬਹੁਤ ਮਿੱਟੀ ਆ, ਉਰੋਂ ਗਈਆਂ ਹੁੰਦੀਆਂ ਨੇ, ਉੱਥੇ ਜਾ ਕੇ ਬਹੁਤ ਕਾਰਾਂ ਚਲਾਉਂਦੀਆਂ ਨੇ, ਉਰੇ ਗੋਆ ਸੁੱਟਦੀਆਂ ਜਾਂਦੀਆਂ ਨੇ, ਉੱਥੇ ਜਾ ਕੇ ਕਾਰਾਂ ਚਲਾਉਂਦੀਆਂ ਨੇ, ਸੱਸ ਸਹੁਰੇ ਨੂੰ ਬਹੁਤ ਤੰਗ ਕਰਦੇ ਨੇ ਜੀ। ਜੇ ਬਾਪੂ ਕਹਿ ਦੇਵੇ ਮੈਂ ਨਹੀਂ ਜ਼ਮੀਨ ਵੇਚਣੀ, ਫਿਰ ਉਹਦੀ ਰੋਟੀ ਬੰਦ ਹੋ ਜਾਂਦੀ ਹੈ ਜੀ। ਜੇ ਬਾਪੂ ਚੁਸਤ ਹੋਵੇ ਕਹਿ ਦੇਵੇ ਵੀ ਹਾਂ 6 ਮਹੀਨੇ ਤੱਕ ਆਪਾਂ ਵੇਚ ਆਉਣੀ ਆ, ਫਿਰ 6 ਮਹੀਨੇ ਵਧੀਆ ਸੇਵਾ ਹੁੰਦੀ ਆ। ਮੈਂ ਨਾ ਅੱਜ ਜੇ ਬੰਦੇ ਵੀ ਦੇਖੇ ਨੇ ਉੱਥੇ, ਮੈਨੇ ਵੀ ਜਿਹੜੇ ਕਿਰਾਇਆ ਨਹੀਂ ਹੁੰਦਾ ਪੰਜਾਬ ਆਉਣ ਨੂੰ, ਹੈਗੇ ਆ 2-3 ਸਾਲ ਬੁੜੇ, ਇੰਨਾ ਬਹੁਤ ਬਾਹਲਾ ਔਖਾ ਜੀ, ਮੈਂ ਨਾ ਕੰਨਾਂ ਨੂੰ ਹੱਥ ਲਾਉਣਾ ਵੀ ਜਾ ਵੀ ਨਾ। ਇਹ ਉਲਟ ਹੋ ਗਿਆ, ਇੱਧਰ ਵੱਲੇ ਪਾਸੇ ਬੈਠਾ ਜਿਹੜਾ ਉਹ ਕੈਨੇਡਾ ਨੂੰ ਪ੍ਰਮੋਟ ਕਰਦਾ, ਇੱਧਰ ਬੰਦਾ ਖਤਰਨਾਕ ਆ ਗਿਆ। ਨਹੀਂ ਜਿਹੜਾ ਬੰਦਾ ਪੜ੍ਹਿਆ ਲਿਖਿਆ ਛੋਟੀ ਉਮਰ ਦਾ ਗਿਆ ਆ ਉਹ ਠੀਕ ਆ, ਪਰ 7 ਸਾਲ ਔਖਾ ਕੱਟ ਕੇ ਫਿਰ ਉਹਦੀ ਜ਼ਿੰਦਗੀ ਸੌਖੀ ਹੁੰਦੀ। ਹੁਣ ਸਾਨੂੰ ਅਸੀਂ ਨਾ ਹਿੰਦੀ ਬੋਲਣ ਲੱਗ ਜਾਂਦੇ ਗੋਰਿਆਂ ਨਾਲ, ਅੰਗਰੇਜ਼ੀ ਨੂੰ ਜੀਭ ਘੁੰਮਦੀ ਹੋਈ ਨਹੀਂ, ਬਹੁਤ ਫਰਕ ਆ। ਸੁਣਾਤੀਆਂ ਦੇਖ ਲਓ ਤੁਹਾਨੂੰ ਹੁਣ ਚਾਚੇ ਨੇ ਸਾਰੀਆਂ ਗੱਲਾਂ, ਹਾਂ ਤੱਤ ਕੱਢ ਲਿਓ ਤੁਸੀਂ, ਹਲੇ ਮੇਰੇ ਭਤੀਜੇ ਬੈਠੇ ਨੇ, ਨਹੀਂ ਨਾ ਮੈਂ ਉਹਨੂੰ ਹੋਰ ਗੱਲਾਂ ਦੱਸਣੀਆਂ ਸੀਗੀਆਂ ਵਾਲੀਆਂ, ਵੀ ਜੇ ਮੈਂ ਕਿਤੇ ਉਹਨੂੰ ਸ਼ਹਿਰ ਮਿਲ ਜਾਂਦਾ ਤੇ ਮੈਨੂੰ ਕੁੱਟਿਆ ਹੀ ਕਰਨਾ ਸੀ, ਮੇਰੇ ਵਿਰੁੱਧ ਬੋਲਿਓ। ਚਾਚਾ ਟੋਰਾਂਟੋ ਚ ਫੇਮਸ ਹੋ ਗਿਆ ਨਾ ਤੂੰ, ਬਹੁਤ ਤੈਨੂੰ ਲੋਕ ਦੇਖਦੇ ਆ ਨਾ, ਹੁਣ ਵਿਆਹ ਵਿਊ ਤੇ ਪਛਾਣ ਲੈਂਦੇ ਆ ਵੀ ਚਾਚਾ ਹੀ ਆ ਤੂੰ। ਹਾਂ ਚਾਚਾ ਜਗ ਜਗ ਵਾਲਾ, ਚਾਚਾ ਕੈਨੇਡੀਅਨ ਹੋ ਗਿਆ ਹੁਣ। ਆਪਣੀ ਜ਼ਮੀਨ ਸ਼ੁਰੂ ਹੋ ਜਾਂਦੀ ਆ ਕੋਠਾ ਜਾਣੀ ਕਿਸੇ ਦਾ, ਵਿੱਚ ਖੰਭਾ ਆ ਗਿਆ, ਉਰੇ ਪਹਿਲਾਂ ਜ਼ਿਆਦਾ ਕੀ ਕਹਿੰਦੇ ਹੁੰਦੇ ਆ ਸਬਜ਼ੀਆਂ ਭਾਜੀਆਂ ਬੀਜੀਆਂ ਸੀਗੀਆਂ, ਹੁਣ ਘਟਾਤੀਆਂ, ਉਰੇ ਗੰਨਾ ਸੀਗਾ ਇਹ ਵੀ ਹੁਣ ਚੱਕ ਦੇਣਾ, ਕਿਉਂਕਿ ਹੁਣ ਪਿੰਡ ਹੀ ਹੋ ਗਈਆਂ ਸਬਜ਼ੀਆਂ ਭਾਜੀਆਂ ਪਿੱਛੇ ਬੈਕਯਾਰਡ 'ਚ। ਅਤੇ ਆਹ ਗੱਠੇ ਲਾਏ ਹੋਏ ਨੇ, ਆਹ ਨਿੰਬੂ ਦਾ ਦਰਖਤ ਆ, ਅਤੇ ਆਹ ਸਾਡੀ ਮੋਟਰ ਦੇਖ ਲਓ, ਇੱਕ ਮੋਟਰ ਹੈਗੀ ਆਹ, ਇਹ ਬਣਾਈ ਸੀ 2007 ਨੂੰ, ਆਹ ਦੂਜੀ ਮੋਟਰ ਆ, ਆਲੂ 21 ਆ, ਅਤੇ ਸਾਡੀਆਂ ਖੂਹੀਆਂ ਦੇਖੋ ਤੁਸੀਂ, ਖੂਹੀਆਂ ਦੇ ਵਿੱਚ ਦਿਖਣਾ ਪਤਾ ਹੀ ਨਹੀਂ, ਖੂਹੀਆਂ ਦੇ ਵਿੱਚ ਪਾਣੀ ਆ, ਕਿੰਨੇ ਫੁੱਟ ਹੋ ਗਿਆ ਜੇ, 15-20 ਫੁੱਟ, 12 ਫੁੱਟ 'ਤੇ ਪਾਣੀ, 12 ਕੁ ਫੁੱਟ 'ਤੇ ਚਾਚਾ ਕਹਿੰਦਾ ਪਾਣੀ, ਹਾਲਾਂਕਿ ਦੇਖਣ ਨੂੰ ਵੱਧ ਲੱਗ ਰਿਹਾ ਹੈਗੀ ਤਾਂ ਵੱਧ ਆ, ਉਹਦਾ 12 ਫੁੱਟ 'ਤੇ ਪਾਣੀ ਆ ਜਾਂਦਾ ਜੀ, 12 ਫੁੱਟ 'ਤੇ ਪਾਣੀ ਆਉਂਦਾ, ਇੰਨੀ ਸਾਡੀ ਨਹਿਰ ਕਰਕੇ ਹੈ ਨਾ, ਪਾਣੀ ਕਿੰਨਾ ਨਹਿਰ ਕਰਕੇ ਸੇਮ। ਇੱਧਰੋਂ 'ਚ ਆਪਣੀ ਉਹ ਦੂਜੀ ਮੋਟਰ ਆ ਜਿਹੜੀ, ਇੱਧਰਲੇ ਪਾਸੇ ਜ਼ਮੀਨ ਆ, ਇੱਧਰਲੇ ਪਾਸੇ ਅਤੇ ਮੋਟਰ ਤੋਂ ਪਿਛਲੇ ਪਾਸੇ ਉਹ ਵੀ ਆਪਣੀ ਆ, ਜਿੱਥੇ ਤੱਕ ਦਿੰਦੀ ਆ ਤੁਹਾਨੂੰ ਮਾਰਕੀਟ ਫੜਨ ਸੀ ਆ। ਉਹ ਠੀਕ ਆ ਜੀ, ਦੇਖ ਲਓ ਬੂਟ, ਬਾਹਰ ਬਾਹਰ ਬੜੇ ਬੜੇ ਦੂਏ ਬੂਟ ਹੁੰਦੇ ਨੇ, ਇੱਧਰ ਦੂਏ ਬੂਟ ਨੇ, ਪੈਸੇ ਵਿਹਲੇ ਰਹੀਦਾ ਜੀ। ਬਸ ਆ ਹੁਣ ਮੀਂਹ ਪੈਣ ਕਰਕੇ ਥੋੜ੍ਹਾ ਜਿਹਾ ਕੰਮ ਵੱਧ ਗਿਆ, ਕਣਕ ਨੂੰ ਮੀਂਹ ਨੇ ਨੁਕਸਾਨ ਕਰਿਆ, ਉਹਦੇ ਕਰਕੇ ਤਾਕਤ ਦੀ ਸਪਰੇ ਕਰ ਰਹੇ ਹਾਂ। 53 ਫੁੱਟ ਠੋਸ, 60 ਤੇ ਫਿਲਟਰ ਪੈਂਦਾ, ਕੁੱਲ 117 ਫੁੱਟ, 25-3-2007 ਸਨ। ਕਿਆ ਤੁਹਾਨੂੰ ਅੰਦਰ ਲੈ ਚੱਲਦੇ ਹੋਣਾ, ਸਾਰੇ ਦਰਖਤ ਲਾਏ ਹੋਏ ਨੇ, ਵਾਹਵਾ ਕੁਛ ਲਾਇਆ ਹੋਇਆ ਅੰਦਰ, ਪੂਰਾ ਹਨੇਰਾ ਵਾ। ਆਹ ਸਕੂਟਰ ਖੜਾ ਜਿਹਦੇ ਉੱਤੇ ਲਿਖਿਆ ਦਿਲ ਲੈਣਾ ਦਿਲ ਦੇਣਾ ਸਾਦਾ ਖਰਾ ਖਰਾ ਤਖਰਾ, ਉਹ ਬਾਬੇ ਦੇ ਫੋਟੋ ਆ ਜਿਹੜਾ ਮੇਲਾ ਲੱਗਦਾ, ਆਹ ਦੇਖੋ ਘੋਲ ਹੁੰਦੇ। ਕੀ ਕਹਿਣਾ ਚਾਹੇਂਗੇ ਤੁਸੀਂ ਇਹਦੇ ਬਾਰੇ? ਨੋ ਕਮੈਂਟਸ। ਮੰਜੇ ਦਿਖਾ ਦੇ, ਮੰਜੇ ਉੱਤੇ ਦਿਖਾ ਦੇ ਸਮਾਨ। ਆਹ ਮੰਜਿਆ ਚਾਚਾ ਨੇ ਮੰਜੇ ਵਾਲੀ ਰੱਖੇ ਹੋਏ ਆ, ਇੰਜਣ ਇੱਧਰ ਆ ਜੀ, ਉੱਥੇ ਖਿੜਕੀ ਵਿੰਡੋ ਲਾਈ ਹੋਈ ਆ,
ਉਹਦੇ ਵਿੱਚ ਫਿਰ ਬਾਹਰ ਪਟਾ ਪਾ ਕੇ ਆਪਾਂ ਜਦ ਲਾਈਟ ਹੁੰਦੀ ਗੱਲ ਸਮਰ ਦੇ ਵਿੱਚ ਜਦ ਜੀਰੀ ਲੱਗੀ ਹੁੰਦੀ ਆ ਤਾਂ ਉਹਦੇ ਨਾਲ ਚੱਕਦੇ ਹਾਂ। ਇੱਕ ਚਾਚੀ ਉਰੇ ਦਰਖਤ ਹੁੰਦਾ ਸੀ ਜਿਹੜਾ ਮੈਂ ਨਿਸ਼ਾਨ ਪਾ ਗਿਆ ਸੀ ਨਾ। ਹਾਂ ਪੜਤੀ ਤੁਣ ਉਹਦੇ ਮੈਂ ਟੱਕ ਮਾਰ ਗਿਆ ਸੀਗਾ, ਮੈਂ ਉੱਥੇ ਮਾਂਗਟ ਲਿਖ ਰਿਹਾ ਸੀ, ਉਹਦੇ ਨਾਲ ਪਤਾ ਨਹੀਂ ਉਹਦਾ ਰਸ ਹੀ ਨਿਕਲ ਗਿਆ ਬਾਹਰ ਨਾ, ਸਾਰਾ ਦਰਖਤ ਹੀ ਸੁੱਕ ਗਿਆ। ਆਪਣਾ ਜੀ ਤੀਜਾ ਕਨੈਕਸ਼ਨ ਆ ਗਿਆ, ਇਹਦੇ ਉੱਤੇ ਜਨਰੇਟਰ ਲਾਈਦਾ ਵਾ, ਬਿਜਲੀ ਵਾਲਾ ਕਨੈਕਸ਼ਨ ਹੋ ਗਿਆ, ਇਹਦਾ ਆਲੂ ਆ ਰਿਹਾ, ਆਹ ਦੇਖ ਲਓ ਪੱਕੇ ਖਾਲ ਨੇ ਉਰੇ ਵੀ, ਅਤੇ ਆਹ ਸਾਡਾ ਅੰਡਰਗਰਾਊਂਡ ਸਿਸਟਮ ਆ, ਇਹ ਬਹੁਤ ਵਧੀਆ ਜੀ। ਇਹ ਤੁਹਾਨੂੰ ਦਿਖਾਵਾਂਗੇ ਵੀ ਇੱਥੋਂ ਪਾਣੀ ਆਉਂਦਾ, ਥੱਲੇ ਪੈਪਾਂ ਪਾਈਆਂ ਹੋਈਆਂ ਨੱਕਿਆਂ ਦੇ ਵਿੱਚ ਦੀ ਨਿਕਲਦੀਆਂ, ਅਤੇ ਅੰਡਰਗਰਾਊਂਡ ਪੂਰਾ ਫੁੱਲ ਸਿਸਟਮ ਵਧੀਆ ਚੱਲਦਾ। ਅਤੇ ਆਪਣਾ ਜਿਹੜਾ ਇੱਧਰ ਖੂਹੀ ਆ, ਇੱਧਰ ਆ ਜਾਓ, ਕਦੇ ਚੱਲਣਾ ਚਾਹੀਦਾ, ਵੀਡੀਓ ਰਿਕਾਰਡ ਹੁੰਦੀ ਆ, ਚੱਲ ਕਿਉਂ ਆਲੂ ਜਿੰਨਾ ਲੰਬਾ ਹੈਗਾ ਕਿ ਆਲੂ ਲੰਬਾ ਪੂਰੇ ਤੱਕ ਤਾਂ ਹੈਗਾ, ਅਸੀਂ ਇਹ ਚਨਾਉਂਦੇ ਰਹੇ ਮੈਂ ਤੇ ਰਵੀ ਇਕੱਠੇ ਜਾਣ। ਹਾਂ ਇਹ ਸਾਡਾ ਬਹੁਤ 6 ਫੁੱਟ ਦਾ ਆਲੂ ਆ ਜੀ, ਅੰਡਰਗਰਾਊਂਡ ਅੰਡਰਗਰਾਊਂਡ ਨਹੀਂ ਇੰਨਾ ਕੁ ਡੂੰਘਾ ਹੈ, ਇਹਦੇ ਫਿਰ ਥੱਲੇ ਅੰਡਰਗਰਾਊਂਡ ਪਾਈਪਾਂ ਜਾਂਦੀਆਂ। ਪਹਿਲਾਂ ਉਰੇ ਸਾਰੇ ਗੇਂਦੇ ਗੁੰਦੇ ਦੇ ਫੁੱਲ ਆਏ ਹੁੰਦੇ ਸੀਗੇ, ਪਰ ਹੁਣ ਘਟਦੇ ਨੇ ਸਾਰੇ ਚੱਕ ਤੇ। ਚਾਹੇ ਤੁਸੀਂ ਮਖਿਆਲ ਦਾ ਡੱਬਾ ਦੇਖ ਰਹੇ ਹੋ, ਆਪਣੇ ਮੱਖੀਆਂ ਵੀ ਰੱਖੀਆਂ ਹੋਈਆਂ ਸੀ, ਤੇ ਹੁਣ ਇਹ ਵੀ ਪ੍ਰੋਜੈਕਟ ਆਪਾਂ ਕਿਸੇ ਹੋਰ ਨੂੰ ਸਾਂਭਤਾ, ਘਰ ਦਾ ਬਹੁਤ ਸ਼ਹਿਦ ਹੋ ਜਾਂਦਾ ਸੀ, ਸ਼ਹਿਦ ਖਾਂਦੇ। ਆਹ ਚਾਚੇ ਵਾਲਾ ਨੱਕਾ ਦਿਖਾ, ਆਹ ਪੱਕੇ ਨੱਕੇ ਨੇ, ਪਹਿਲਾਂ ਅਸੀਂ ਮਿੱਟੀ ਪੜਦੇ ਰਹਿੰਦੇ ਸੀ, ਹੁਣ ਦੇਖੋ ਬਸ ਐਂ ਪਾਉਣਾ, ਇਹ ਖੁੱਲ੍ਹਾ ਚਾਚੇ, ਆਹ ਦੇਖੋ ਹੁਣ ਪਾਣੀ ਜੇ ਇੱਧਰ ਨੂੰ ਮੋੜਨਾ ਤਾਂ ਆਪਾਂ ਨੱਕਾ ਉੱਥੇ ਲਾ ਦੇਣਾ, ਆਹ ਫਿੱਟ ਹੋ ਗਿਆ। ਐਂ ਜੱਟਾਂ ਦਾ ਦਿਮਾਗ ਨਾਲ ਜੇ ਆਪਾਂ ਕਰੀਏ ਕੰਮ, ਬਹੁਤ ਕੰਮ ਘੱਟ ਇੱਧਰੋਂ ਛੱਡਣਾ ਤਾਂ ਇੱਧਰੋਂ ਤਾਂ ਵੈਸੇ ਵੀ ਮਿੱਟੀ ਵਾਲਾ ਲਾਇਆ ਹੋਇਆ, ਪਰ ਟਮਾਟਰ ਲਾਏ ਹੋਏ ਨੇ, ਤੇ ਆਹ ਦੇਖ ਲਓ ਹੋਰ ਦਰਖਤ ਲਾਏ ਹੋਏ ਨੇ ਕਾਫੀ ਸਾਰੇ, ਤੇ ਆਪਣਾ ਜਿਹੜਾ ਆਹ ਅੰਡਰਗਰਾਊਂਡ ਆ, ਇਹਦੇ ਵਾਲਾ ਬੋਰ ਜਾਂ ਸਮਰਸੀਬਲ ਕੀ ਕਹਿੰਦੇ ਆ ਇਹਨੂੰ, ਕੀ ਕਹਿੰਦੇ ਇੱਥੇ, ਮੋਟਰ ਆ, ਮੋਟਰ ਕਹਿ ਦਿੰਦੇ ਆ, ਤੇ ਆਹ ਉਰੇ ਇੰਜਨ ਰੱਖਿਆ ਜਾਂਦਾ ਵਾ। ਤਾਂ ਜੀ ਜਿਹੜਾ ਆਹ ਤੁਸੀਂ ਕੋਠਾ ਦੇਖ ਰਹੇ ਹੋ, ਆਪਣਾ ਨਵਾਂ ਕਮਰਾ ਜਿਹਾ, ਇਹ ਆਪਾਂ ਨਵਾਂ ਹੀ ਬਣਵਾਇਆ ਵਾ, ਜਿਵੇਂ ਭਈਏ ਆਉਂਦੇ ਆ ਜਿਹੜੇ ਕੰਮ ਕਰਦੇ ਆ ਉਰੇ, ਫਿਰ ਉਹਨਾਂ ਲਈ ਵੀ ਰਹਿਣ ਲਈ ਕੁਛ ਜਗ੍ਹਾ ਚਾਹੀਦੀ ਆ, ਇਸ ਕਰਕੇ ਆਪਾਂ ਕੋਠਾ ਨਵਾਂ ਛੱਤਿਆ ਉਰੇ, ਪਹਿਲਾਂ ਵੀ ਇੱਕ ਹੁੰਦਾ ਸੀਗਾ ਪਰ ਉਹ ਪੁਰਾਣਾ ਸੀ, ਇਸ ਕਰਕੇ ਆਪਾਂ ਨਵਾਂ ਬਣਾਇਆ। ਅਤੇ ਸਾਡੇ ਘਰ ਦੀ ਖਾਸੀਅਤ ਆ, ਸਾਡੇ ਘਰ ਦੇ ਨੂੰ ਕੀਲਿਆਂ ਨਾਲ ਵਾਹਲਾ ਪਿਆ ਵਾ, ਜਿਵੇਂ ਆਹ ਕੀਲਾ ਹੋ ਗਿਆ, ਇੱਕ ਉੱਪਰ ਕੁੰਡਾ ਲਾਇਆ, ਉਹ ਕੁੰਡਾ ਦਾ ਚਲੋ ਆਇਆ ਵੀ ਜੇ ਬਾਛੜ ਪੈਂਦੀ ਆ ਤਾਂ ਉਹ ਪੱਲੀ ਲਾ ਸਕਦੇ ਆ, ਅਤੇ ਆਹ ਪੱਖੇ ਨੂੰ ਜਗ੍ਹਾ ਛੱਡੀ ਆ, ਫਿਰ ਆਹ 3 ਕੀਲੇ ਲਾਏ ਹੋਏ ਨੇ, ਫਿਰ ਕੀਲੇ ਵਾਲੇ ਝੋਲੇ ਝੂਲੇ ਟੰਗੇ ਨੂੰ ਉੱਪਰ ਬਾਲੇ ਦਾ ਕਨੈਕਸ਼ਨ ਛੱਡਿਆ, ਜੇ ਇੱਧਰ ਆਵੋ ਇੱਧਰ ਵੀ ਕੀਲੇ ਲਾਏ ਹੋਏ ਨੇ, ਦੇਖੋ ਤੁਸੀਂ ਪੂਰੇ 3 ਕੀਲੇ ਇੱਧਰ ਨੇ, ਹਾਲੇ ਤਾਂ ਮਿਸਤਰੀ ਨੇ ਘੱਟ ਲਾਇਆ ਕਰਦੇ ਨੇ, ਵਾਧਾ ਹੋਵੇ, 2 ਡੱਬੇ ਆਹ ਪਏ ਨੇ, ਆਹ ਕੁੰਡਾ ਆਹ ਚੀਜ਼ ਦਿਖਾਉਂਦੇ ਆ, ਆਹ ਦੇਖੋ ਜਿਹੜੀ ਆਹ ਟਾਕੀ ਆ, ਇਹ ਮੋਸਟਲੀ ਲੋਕ ਉੱਪਰ ਰੱਖਦੇ ਆ, ਪਰ ਸਾਡੇ ਘਰਦੇ ਨੇ ਇੱਕ ਥੱਲੇ ਰੱਖੀ ਆ। ਇਹਦੇ 2 ਫਾਇਦੇ ਨੇ, ਇੱਕ ਤਾਂ ਜਦੋਂ ਮੰਜਾ ਅੰਦਰ ਡਹਿਣਾ ਤਾਂ ਹਵਾ ਸਿੱਧੀ ਮੰਜੇ ਦੇ ਲੈਵਲ ਤੇ ਆਉਣੀ ਆ, ਤੇ ਦੂਜਾ ਫਾਇਦਾ ਇਹ ਆ ਵੀ ਜਦੋਂ ਬਾਛੜ ਆਉਂਦੀ ਆ, ਜੇ ਉੱਪਰ ਆਪਾਂ ਖਿੜਕੀ ਛੱਡਦੇ ਹਾਂ ਤਾਂ ਉਹਦੇ ਵਿੱਚ ਪਾਣੀ ਪੈਂਦਾ ਤਾਂ ਦੂਰ ਤੱਕ ਜਾਂਦੀ, ਹੁਣ ਇਹਦੇ ਵਿੱਚ ਬਾਛੜ ਵੀ ਨਹੀਂ ਪੈਂਦੀ। ਤੇ ਹੋਰ ਇੰਤਜ਼ਾਮ ਕੀਤਾ, ਛੋਟੀ ਛੋਟੀਆਂ 2 ਕਿੱਲੀਆਂ ਹੋਰ ਦੇਖੋ, ਇਹਦੇ ਵਿੱਚ ਤੁਸੀਂ ਪੱਲੀ ਪਾ ਕੇ ਜਾਂ ਕੋਈ ਵੀ ਕਹਿ ਲਓ ਵੀ ਪੋਲੀਥੀਨ ਪਾ ਕੇ ਮੀਂਹ ਰੋਕ ਸਕਦੇ ਹੋ। ਤੇ ਇੱਕ ਕੁੰਡਾ ਆਹ ਛੱਡਿਆ, ਪਤਾ ਨਹੀਂ ਕਾਹਦੇ ਛੱਡਿਆ, ਡੰਗਰ ਡੁੱਗਰ ਬੰਨਣ ਨੂੰ। ਤੇ ਅੰਦਰ ਆ ਜਾਓ ਜੀ, ਆਹ ਕੋਟਾ ਦੇਖੋ, ਪੂਰਾ ਐਨ ਗੇਟ ਪੂਰਾ ਲੋਕ ਤਕੜਾ ਲਵਾਇਆ ਵਾ, ਸੇਮ ਹੀ ਅੰਦਰ ਕੁੰਡੇ ਛੱਡਿਆ, ਜੇ ਅੰਦਰੋਂ ਬੰਦ ਕਰਨਾ ਅੰਦਰੋਂ ਬੰਦ ਕਰ ਲਓ, ਆਹ ਨੱਕੇ ਪਏ ਆ ਸਾਰੇ ਲੋਹੇ ਵਾਲੇ। ਤੇ ਇਹਦਾ ਦੇਖੋ ਟਾਂਟ, ਹਰੇਕ ਜਗ੍ਹਾ ਚਾਹੀਦੀ ਟਾਂਟ ਚਾਹੀਦੀ ਆ, ਕਿਉਂਕਿ ਬਹੁਤ ਸਮਾਨ ਰੱਖਿਆ ਹੁੰਦਾ। ਆਹ ਤਖ਼ਤ ਪੁਸ਼ ਪਿਆ ਵਾ, ਤੇ ਐਵੀਂ ਖਿੜਕੀ ਇੱਕ ਇੱਧਰ ਰੱਖੀ ਗਈ ਆ ਸੇਮ, ਤੇ ਕਾਹ ਖੜਕੀ ਆ ਉਹਦੇ ਪੂਰਾ ਸਮਾਨ ਆ, ਦੇਖੋ ਰੋਟੀ ਬਣਾਉਣ ਲਈ ਆ ਸੁੱਚਾਂ ਲੱਗੀਆਂ ਹੋਈਆਂ ਨੇ, ਪੂਰੇ ਬਾਲਣ ਸਾਰਾ ਕੁਛ ਸੈਟਿੰਗ ਹੋ ਰਿਹਾ, ਰੋਟੀ ਬਣਾ ਤਾਂ ਜਾਣੀ ਉਹ ਇੱਕ ਭਾਈਆਂ ਦੀ ਫੈਮਿਲੀ ਰਹਿ ਸਕਦੀ ਆ। ਆਹ ਲਾਏ ਨੇ ਜੀ ਆਪਾਂ ਨੇ ਕੁੰਡੇ ਉੱਤੇ ਚੜ੍ਹਨ ਨੂੰ, ਜਾਂ ਮੀਂਹ ਪੈਣ ਲੱਗ ਜਾਂਦਾ ਵੀ ਇਹ ਫਿਰ ਇੱਕ ਪੌੜੀ ਉੱਥੇ ਲਾਈ ਹੁੰਦੀ ਆ। ਆਹ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਪਾਣੀ ਕੱਢਣਾ, ਅੱਛਾ ਉੱਤੇ ਪਾਣੀ ਵਾਲਾ, ਥੱਲੇ ਦੂਆ ਬਿਜਲੀ ਵਾਲਾ, ਆਹਦੇ ਉਰੇ ਪਾਣੀ ਗਿਰਦਾ। ਠੀਕ ਆ ਸਰ, ਤਾਂ ਮੋਟਰ ਜੀ ਆਪਾਂ ਪਾਣੀ ਨਹੀਂ ਵੇਸਟ ਕਰਦੇ, ਸਿੱਧਾ ਫਸਲ 'ਚ ਜਾਂਦਾ, ਸਿੱਧਾ ਜਾਂਦਾ ਜੀ। ਤੇ ਆਹ ਦੇਖ ਲਓ ਐਡਾ ਬੜਾ ਖੰਭਾ ਖੇਤ ਦੇ ਵਿੱਚ, ਤੇ ਇੱਧਰ ਬਈ ਵਾਲਾ ਚੁੱਲ੍ਹਾ ਵੀ ਦੇਖ ਸਕਦੇ ਹੋ ਤੁਸੀਂ, ਐਨ ਪੂਰਾ ਉੱਤੇ ਆਹ ਢੋਲ ਜਿਹਾ ਵੱਢ ਕੇ ਪ੍ਰੋਟੈਕਟ ਕੀਤਾ ਹੋਇਆ ਵਾ। ਤੇ ਆਹ ਦੇਖ ਲਓ ਜੀ ਖਾਹ, ਦੇਖ ਲਓ ਤੁਸੀਂ ਪੱਕੇ ਹੀ ਪੱਕੇ ਆ ਪੱਕੇ,
ਐਨ ਤੁਰ 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 ਤੱਕ ਖਾਲ ਹੀ ਖਾਲ ਕੀਤੇ ਪਏ ਨੇ। ਜਿਹੜੀ ਆਹ ਜਗ੍ਹਾ ਤੁਸੀਂ ਦੇਖ ਰਹੇ ਹੋ ਇਹ ਅੰਡਰਗਰਾਊਂਡ ਆ, ਫਿਰ ਅੰਡਰਗਰਾਊਂਡ ਪਾਣੀ ਉਰੋ ਆ ਜਾਂਦਾ ਸਿੱਧਾ, ਉਹ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਮੋਟਰ ਵਾਲਾ ਆ ਲਾ ਪੰਪ। ਉਹ ਚਾਚੇ ਮੈਂ ਮੂੰਹ ਨਹੀਂ ਕਰਦਾ, ਯਾਰ ਐਂ ਨਾ ਕਰੋ ਚਾਚੇ ਤੋਂ ਮਾੜਾ ਮੋਟਾ ਪੰਪ ਛੜਾ ਦੋ, ਗੁਰਦੁਆਰੇ ਜਾ ਕੇ ਭਾਂਡੇ ਮਾਂਜੀ ਜਾਂਦਾ ਯਾਰ, ਘਰੇ ਕੰਮ ਨੀ ਕਰਦੇ। ਚਲੋ ਚਲੋ ਆਜੋ, ਆਹ ਕਰਨੀ ਪੈਣੀ ਸੀ ਨਾ, ਬਾਹਰ ਉੱਤੇ ਹੀ ਗੇੜਾ ਹੀ ਦਿਆ ਇੱਕ, ਮੈਂ ਕਹਿੰਦਾ ਨਹੀਂ ਆਹ ਕਰਨੀ ਪੈਣੀ ਸੀ। ਹਾਂ ਬਹੁਤ ਔਖਾ, ਓਕੇ ਤੇ ਜੇ ਪੀ ਆਰ ਨਾ ਮਿਲਦੀ ਫਿਰ ਮੈਂ ਵੀ ਚਾਚੇ ਨਾਲ ਹੋਣਾ ਸੀ, ਮੈਨੂੰ ਮਾਜ ਹੋ ਜਾਂਦੀ ਦੋਨੋਂ ਕੰਮ ਨੇੜੇ ਦੀ ਨਾ ਚਾਚੇ ਦਾ। ਹਾਂ ਪਹਿਲਾਂ ਮੈਂ ਜਾਂ ਤੈਨੂੰ ਆਪਣੇ ਵਰਗਾ ਬਣਾ ਲੈਣਾ ਤੀ, ਜਾਂ ਤੂੰ ਮੇਰੇ ਵਰਗਾ ਬਣਿਆ, ਉਹ ਤਾਂ ਹੋ ਨਹੀਂ ਸਕਦਾ, ਤੇਰੇ ਵਰਗਾ ਤਾਂ ਬਣਨਾ, ਹੱਥੜੇ ਲਵਾਇਆ ਕਰਦਾ ਚਾਚੇ। ਪੈਗ ਲਾਉਣਾ ਪੈਂਦਾ ਖੇਤੀ ਕਰਨ ਨਾਲ ਨੂੰ? ਨਹੀਂ ਨਾ, ਫਿਰ ਜੇ ਦਵਾਈਆਂ ਦੀ ਸਪਰੇਅ ਕਰਦੇ ਹਾਂ ਉਹ ਨੁਕਸਾਨ ਕਰਦੀਆਂ ਨੇ, ਇਸ ਕਰਕੇ ਨਾਲੇ ਦਾ ਪਿਸ਼ਾਬ ਵੱਧ ਆਉਂਦਾ ਵਧੀਆ ਆਉਂਦਾ, ਤੇ ਚਾਰ ਪੰਜ ਘੰਟੇ ਨੀਂਦ ਵਧੀਆ ਆਉਂਦਾ, ਕੋਈ ਇੱਧਰ ਉੱਧਰ ਸੁਕਣਾ ਨਹੀਂ ਆਉਂਦਾ। ਠੀਕ ਆ ਚਾਚਾ ਜੀ, ਕਰੋ ਵੀ ਸਪਰੇਅ, ਇੱਕ ਪੰਪ ਨਾਲ ਲਾ ਕੇ ਦੇਖ ਲਾ, ਬਹੁਤ ਭਾਰਾ ਮੈਂ ਇੱਕ ਵਾਰ ਪਹਿਲਾਂ, ਬਸ ਕੀ ਕਰਨਾ ਤੁਰੀ ਹੋ ਜਾਣਾ, ਆਹ ਬੂਟ ਪਾ ਲਾ ਨਾਲੇ ਸੈਰ ਹੋ ਜਾਂਦੀ ਹੈ ਨਾ। ਤੇ ਬੂਟ ਹੈਗੀ ਵੀ ਜਰਾਬਾਂ ਹੀ ਲੱਗਦੀਆਂ ਨੇ, ਜਰਾਬਾਂ ਹੀ ਨੇ, ਅੱਛਾ ਬੂਟ ਹੀ ਦੱਸੀ ਜਾਂਦਾ। ਚੱਲ ਵੀ ਚਾਚਾ, ਬਾਹਰ ਨਾ ਬੂਟ ਸਾਲੇ ਬਾਲੇ ਭਰੇ, 3 ਕਿਲੋ ਦੇ 2 ਬੂਟ ਨੇ, 1.5 ਕਿਲੋ ਦਾ, ਉਹਦਾ ਖਾਲੀ ਵੀ ਤੁਰਨਾ ਔਖਾ, ਬਾਲੇ ਭਰੇ ਨੇ ਪਿੰਜਣੇ, ਆ ਪਿੰਜਣੇ ਦੁਖਣ ਲੱਗ ਜਾਂਦੇ ਨੇ। ਆ ਯਾਰ ਓਏ ਨਹੀਂ, ਤੇਰਾ ਕਿਦੇ ਲਾ ਕੀ ਹਾਲ ਬਣਨਾ ਦੀ, ਮੈਂ ਨਾ ਤੈਨੂੰ ਮਿਲਾਉਣਾ ਸੀਗਾ, ਮੈਂ ਤੈਨੂੰ ਕਿਹਾ ਸੀਗਾ ਹੁਣੀ ਕਿ ਮੈਂ ਕਿਤੇ ਜਾ, ਆ ਦੇਖ ਫਿਰ ਕੀ ਹਾਲ ਆ ਬਾਈ ਅਮਰਿਤ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬੀ ਵਲੌਗਰ ਵੱਲੋਂ। ਵਧੀਆ ਬਾਈ, ਵਧੀਆ ਵਧੀਆ ਵਧੀਆ, ਕਿੱਦਾਂ ਲੱਗਾ ਸਰਪ੍ਰਾਈਜ਼ ਫਿਰ? ਕਹਿੰਦਾ ਤੇਰੇ ਵਲੌਗ ਦੇਖ ਕੇ ਬਾਈ ਕੈਨੇਡਾ ਦਾ ਸੁਪਨਾ ਜਾਗ ਗਿਆ ਉਹਦਾ, ਆ ਕਰ ਲਾ ਬਾਈ ਨਾ ਗੱਲ। ਬਸ ਫਿਰ ਹੁਣੇ ਡਰੋਨ ਨੇ ਸਿੱਟ ਕੇ ਹਟਿਆ ਹੁਣੇ, ਉਹ ਤੈਨੂੰ ਫੋਟੋ 'ਚ ਤੈਨੂੰ ਆਊਗੀ, ਇਹਨਾਂ ਨੇ ਸਟਾਇਆ, ਇਹਨਾਂ ਨੇ ਗੱਲਾਂ ਚਲਾਉਣੀਆਂ ਮੈਨੂੰ, ਡਰੋਨ ਤਾਰ 'ਚ ਵੱਜ, ਬਾਹਲਾ ਬੁਰਾ ਡਿੱਗਿਆ, ਆਲਮੋਸਟ 30 ਫੁੱਟ ਤੋਂ ਡਿੱਗਿਆ, ਹੁਣ ਦੇਖਣ ਵਾਲੇ ਵੀ ਚੱਲਦਾ ਵੀ ਆ ਕਿ ਨਹੀਂ। ਅਸੀਂ ਮੈਂ ਭੱਜਣ ਲੱਗੇ ਹਾਂ, ਨਹੀਂ ਇਹਨਾਂ ਦਾ ਮੋਟਰਸਾਈਕਲ ਰੱਖ ਲੈਣਾ, ਹੁਣ ਡਰੋਨ ਮੋਟਰਸਾਈਕਲ ਤਾਂ ਮਹਿੰਗਾ ਸੌ ਲੱਗੇ, ਰੱਖ ਲਿਆ। ਆਹ ਡਰੋਨ ਦੇਖੋ ਕਿੰਨਾ ਬੁਰੇ ਤਰੀਕੇ ਨਾਲ ਡਿੱਗਿਆ, ਮਿੱਟੀ ਲੱਗੀ ਹੋਈ, ਆਪ ਵੀ ਲੱਗੇ ਹੋਏ ਨੇ, ਲੱਭਿਆ ਵੀ ਵੀਰੇ ਨਹੀਂ ਆ, ਸਟਾਇਆ ਵੀ ਵੀਰੇ ਨਹੀਂ ਸੀ, ਸੈਂਸ ਤਾਂ ਸੂਸ ਤਾਂ ਪਤਾ ਹੀ ਨਹੀਂ ਲੱਗਿਆ ਉਹਨੂੰ, ਤਾਰ ਦੀ ਪਿੱਕ ਨਹੀਂ ਕੀਤੀ ਉਹਨੇ, ਹੈ ਨਾ ਉਹ ਸਾਰੇ ਦਾ ਤਾਰਾਂ ਪਿੱਕ ਕਰਦਾ ਸੀ। ਡਰੋਨ ਡਿੱਗਿਆ ਚਾਚਾ ਆਪਣਾ, ਉੱਥੋਂ ਤਾਰ 'ਚ ਵੱਜਿਆ, ਉਤਲੀ 'ਚ ਵੱਜਿਆ, ਉੱਥੋਂ ਡਿੱਗਿਆ, ਬਸ ਹੁਣ ਦੇਖਣਾ ਵੀ ਚੱਲਦਾ। ਦੇਖੋ ਜੀ, ਇਹ ਸੀਗਾ ਸਾਡਾ ਫਾਰਮ ਜਿਹੜਾ ਤੁਹਾਨੂੰ ਦਿਖਾਇਆ ਖੋਖਰਾ ਪਿੰਡ ਦੇ ਵਿੱਚ, ਤੇ ਗੱਲ ਏਦਾਂ ਵੀ ਜਿਹੜੀ ਇਹ ਜ਼ਮੀਨ ਅਸੀਂ ਲਿੱਤੀ ਸੀ 2003 ਦੇ ਵਿੱਚ, ਤੇ ਉਹ ਤੋਂ ਪਹਿਲਾਂ ਸਾਡੇ ਕੋਲ ਬਹੁਤ ਘੱਟ ਜ਼ਮੀਨ ਸੀਗੀ ਪਿੰਡ ਦੇ ਵਿੱਚ, ਜ਼ਮੀਨ ਸੀਗੀ। ਡੈਡੀ ਦਾਦਾ ਜੀ ਰਿਸ਼ਤਾ ਹੀ ਝੂਠ ਬੋਲ ਕੇ, ਮੈਂ ਲਾਦਾ ਕਿਹਾ ਸੀ ਵੀ ਜ਼ਿਆਦਾ ਕਿੱਲੇ ਆਉਂਦੇ ਆ ਮੁੰਡੇ ਨੂੰ, ਜਦ ਕਿ ਕਿੱਲਾ ਸ਼ਾਇਦ ਇੱਕ ਵੀ ਨਹੀਂ ਆਉਂਦਾ ਸੀਗਾ। ਹਾਂਜੀ, ਪਿੰਡ ਜਾਪਣੇ 2.5-2 ਕਿੱਲੇ ਆ। ਸਾਡੇ ਘਰਦਿਆਂ ਨੇ ਜੀ ਮਿਹਨਤ ਬਹੁਤ ਕੀਤੀ, ਕਿਉਂਕਿ ਮੇਰੇ ਜਿਹੜੇ ਦਾਦੀ ਜੀ ਸੀਗੇ ਉਹ ਜਾਂ ਡੈਡੀ ਹੁਣੀ ਛੋਟੇ ਸੀ ਉਦੋਂ ਹੀ ਗੁਜ਼ਰ ਗਏ ਸੀਗੇ, ਤੇ ਉਦੋਂ ਬਾਅਦ ਘਰ ਦੇ ਕਿਸੇ ਗਲਤ ਨਸ਼ੇ ਪੱਤੇ ਤੇ ਨਹੀਂ ਲੱਗੇ ਹੈਗੇ। ਅਸੀਂ ਆਪਣੇ ਦਾਦੀ ਦੇਖੇ ਨਹੀਂ ਹੋਏ, ਅਸੀਂ ਦੇਖੇ ਨਹੀਂ ਹੋਏ ਨਾਈਸ, ਬਹੁਤ ਆਪਾਂ ਤੋਂ ਤਾਂ ਬਹੁਤ ਦੇਰ ਪਹਿਲਾਂ। ਉਦੋਂ ਬਾਅਦ ਦਾਦਾ ਜੀ ਨੇ ਸਾਰੀ ਲਾਈਫ ਇਕੱਲੇ ਕੱਢੀ, ਬਹੁਤ ਦਾਦਾ ਜੀ ਸਾਡੇ ਲੈਕਚਰਾਰ ਸੀਗੇ ਜੀ, ਉਹਨਾਂ ਨੇ MA ਕੀਤੀ ਇਨ ਹਿਸਟਰੀ, ਫਿਰ ਉਹ ਪੜ੍ਹਾਉਂਦੇ ਰਹੇ, ਬਹੁਤ ਕੰਜੂਸੀ ਕੀਤੀ। ਡੈਡੀ ਆਰਮੀ ਚਲੇ ਗਏ, ਡੈਡੀ ਨੇ ਕੋਈ ਪੈਸਾ ਫਾਲਤੂ ਨਹੀਂ ਖਰਚਿਆ, ਹੈ ਨਾ, ਸਾਨੂੰ ਪੜ੍ਹਾਇਆ। ਚਾਚਾ ਇੱਥੇ ਆਪਣੀ ਮਿਹਨਤ ਕਰਦਾ ਸੀ, ਜਿੰਨੇ ਵੀ ਖੇਤੀ ਪਿੰਡ 'ਚ ਹੁੰਦੀ ਸੀਗੀ, ਸਾਰਾ ਕੁਝ ਸਾਰਾ ਜਾਣੀ ਬਹੁਤ ਮਿਹਨਤ ਕੀਤੀ, ਫਿਰ ਥੋੜ੍ਹੇ ਬਹੁਤੇ ਪੈਸੇ ਜੋੜੇ, ਫਿਰ ਜ਼ਮੀਨ ਲਈ, ਜਦੋਂ ਜ਼ਮੀਨ ਲਈ ਉਹ ਵੀ ਉਦੋਂ ਜ਼ਮੀਨਾਂ ਦੇ ਰੇਟ ਥੋੜ੍ਹੇ ਘੱਟ ਸੀ, ਅਤੇ ਜਦੋਂ ਅਸੀਂ ਲਈ ਉਹ ਤੋਂ ਬਾਅਦ ਹੀ ਵੱਧ ਗਏ, ਉਹ ਤੋਂ ਬਾਅਦ ਹੀ ਜ਼ਮੀਨਾਂ ਦੇ ਰੇਟ ਵੱਧ ਗਏ, ਅਤੇ ਅਸੀਂ ਬਹੁਤ ਲੋਨ ਚੱਕ ਕੇ ਲਈ, ਉਦੋਂ ਬਾਅਦ ਵੀ ਜਾਣੀ ਜ਼ਮੀਨ ਲੈਣ ਤੋਂ ਬਾਅਦ ਵੀ ਕਈ ਸਾਲ ਸੈੱਟ ਨਹੀਂ ਆਏ, ਪਰ ਮਿਹਨਤ ਕਰਨੀ ਨਹੀਂ ਛੱਡੀ, ਅਤੇ ਲੋਕਾਂ ਦੇ ਮਗਰ ਨਹੀਂ ਲੱਗੇ ਹੈਗੇ। ਲੋਕ ਤਾਂ ਹੁਣ ਕਹਿੰਦੇ ਆ ਵੀ ਆਹ ਗੱਡੀ ਲੈ ਲਓ, ਆਹ ਲੈ ਲਓ, ਅਤੇ ਕਈ ਲੋਕ ਲੈ ਵੀ ਲੈਂਦੇ,
ਦੀਆਂ ਗੱਲਾਂ ਚ ਆ ਕੇ ਆਪਣੇ ਹਿਸਾਬ ਨਾਲ ਤੁਹਾਨੂੰ ਜ਼ਿੰਦਗੀ ਜਿਉਣੀ ਚਾਹੀਦੀ ਆ। ਤੇ ਦੂਜੀ ਗੱਲ ਤੇ ਆਹ ਖੇਤ ਲਿੱਤਾ ਜੀ, ਆਮ ਜਿਵੇਂ ਕਈ ਬੰਦੇ ਕਰਦੇ ਆ ਜ਼ਿਆਦਾ ਜ਼ਮੀਨ ਵਾਲੇ, ਉਹ ਖੇਤ ਨੂੰ ਮੇਨਟੇਨ ਨਹੀਂ ਕਰਦੇ, ਉਹ ਜ਼ਬਤੀ ਤੇ ਦਿੰਦੇ ਆ। ਇਹ ਘਰ ਦੇ ਵਿੱਚ ਆਹ ਉਰੇ ਜਿਹੜੀ ਹੁਣ ਸੱਚ ਸੋਰੀ ਆਪਣਾ ਖੇਤ ਆ, ਇਹਦੇ ਵਿੱਚ ਆਹ ਮੋਟਰਾਂ ਨਵੀਆਂ ਬਣਾਈਆਂ, ਸਾਰਾ ਕੁਛ ਖੇਤ ਕੀਤੇ, ਖੰਭੇ ਜਿਹੜੇ ਤੁਸੀਂ ਕੀਤੇ ਹੋ ਇਹ ਸਾਰੇ ਮੂਵ ਕਰਵਾਏ ਸੀਗੇ, ਬਹੁਤ ਕੁਛ ਕੀਤਾ, ਕਾਈਂਡ ਆਫ ਡਿਸਟਰੋਇਡ ਸੀ ਸਾਰੇ ਦਰਖਤ ਸਾਰਾ ਕੁਛ। ਡੈਡੀ ਉਹਨਾਂ ਨੇ ਆਪ ਹੀ ਮਿਹਨਤ ਕੀਤੀ ਆਪ ਹੀ, ਹੁਣ ਤੁਸੀਂ ਨੱਕੇ ਦੇਖੋਗੇ ਜਮਾਂ ਘੜੇ ਪਏ ਨੇ, ਬੱਟਾਂ ਐਨ ਸਿਰੇ ਦੀਆਂ ਬੱਟਾਂ, ਪਹੀ ਤਾਂ ਛੋਟੀ ਕਰਦੇ ਕਰਦੇ ਨੇ ਬਹੁਤ, ਕਿਉਂਕਿ ਆਪਣੇ ਕੋਲ ਗੱਡੀ ਨਹੀਂ, ਕੱਲੇ ਮੋਟਰਸਾਈਕਲ ਨਿਕਲਣ ਦੀ ਪਹੀ ਆ ਵੀ। ਹੁਣ ਆਪਣੇ ਕੋਲ ਦੇਖੋ ਇੰਨੀ ਜ਼ਮੀਨ ਆ ਵਧੀਆ, ਇੰਨੀ ਜਿੰਨੀ ਹੈਗੀ ਠੀਕ ਆ, ਮਤਲਬ ਠੀਕ ਆ ਜਾਣੀ, ਬਟ ਕੋਈ ਆਪਣੇ ਕੋਲ ਟਰੈਕਟਰ ਨਹੀਂ ਹੈਗਾ, ਕੋਈ ਟਰਾਲੀ ਇੱਕ ਵੀ ਸੰਦ ਨਹੀਂ ਹੈਗਾ, ਕੋਈ ਟਰੈਕਟਰ ਨਹੀਂ, ਕੋਈ ਟਰਾਲੀ ਨਹੀਂ, ਦੇਖ ਲਓ 20-25 ਕਿੱਲੇ ਜਿਹਨੂੰ ਵੀ ਹੈਗੇ ਉਹਦੀ ਖੇਤੀ ਕਰਦੇ, 16 ਸਾਲ ਹੋ ਗਏ ਆਲਮੋਸਟ ਇੱਥੇ ਖੇਤੀ ਕਰਦੇ ਨੂੰ, ਅੱਜ ਤੱਕ ਪਹਿਲਾਂ ਸਾਡੇ ਕੋਲ ਮੋਟਰਸਾਈਕਲ ਸੀ, ਉਹ ਤਾਂ ਮੋਟਰਸਾਈਕਲ ਮੈਂ ਲਿਆ ਤਾਂ ਬੁਲਟ ਲਿਆ, ਮੈਂ ਹਮੇਸ਼ਾ ਵੱਡਾ ਹੀ ਕਰਦੇ ਹਾਂ, ਮੈਂ ਦੇਖਿਆ ਨਹੀਂ ਕਰਦੇ ਨਹੀਂ ਹੈਗੇ, ਨਹੀਂ ਕਰਦੇ ਨਹੀਂ, ਬਾਹਰ ਗੱਡੀ ਲਈ ਜਦੋਂ ਜਮਾਂ ਹੀ ਗੱਡੀ ਨਹੀਂ ਸੀ, ਜਦੋਂ ਲਈ ਤਾਂ ਮਸਟੈਂਗ ਲਈ, ਅਤੇ ਹੁਣ ਘਰ ਵੀ ਵੱਡਾ ਹੀ ਪਾਇਆ ਵਾ ਜਮਾਂ ਛੋਟੇ ਘਰ ਤੋਂ, ਹੁਣ ਹੁਣ ਪਿੰਡ ਗੱਡੀ ਨਹੀਂ ਹੈਗੀ, ਉਹ ਵੀ ਦੇਖਦੇ ਆ, ਮਤਲਬ ਉਹ ਵੀ ਵੱਡੀ ਓ ਲੈਣਗੇ, ਵੱਡੀ ਲੈਣੇ ਕਰਦੇ ਆ। ਮੈਂ ਤਾਂ ਕਹਿੰਦਾ ਸੀ ਬਰੀਜ਼ ਆ ਕਿਹੜੀ ਬਰੈਜ਼ ਆ ਉਹ ਚੱਕ ਲਓ, ਸੋਹਣੀ ਕਾਰ ਆ। ਬਾਕੀ ਤੁਸੀਂ ਕਮੈਂਟ 'ਚ ਦੱਸਿਓ ਯਾਰ ਕਿਹੜੀ ਇੰਡੀਆ 'ਚ ਕਿਹੜੀ ਗੱਡੀ ਵਧੀਆ ਰਹੂਗੀ, ਅਗਲੇ ਸਾਲ ਆ ਕੇ, ਅਗਲੇ ਸਾਲ ਕੀ ਆਈ ਸਾਲ ਦੁਬਾਰਾ ਆਵਾਂਗੇ ਫਿਰ ਲੈਣੀ ਆ, ਅਤੇ ਜ਼ਰੂਰ ਦੱਸਿਓ। ਮੈਨੂੰ ਪਤਾ ਨਹੀਂ ਇੰਡੀਆ ਦੀਆਂ ਕਾਰਸ ਦਾ, ਸਵਿਫਟ ਵੀ ਸੋਹਣੀ ਆ, ਬਾਕੀ ਤਾਂ ਚਲੋ ਸਾਰੀਆਂ ਗੱਡੀਆਂ ਸੋਹਣੀਆਂ ਹੁੰਦੀਆਂ ਨੇ। ਅਤੇ ਇਹ ਤੁਹਾਨੂੰ ਆਪਾਂ ਫਾਰਮ ਦਿਖਾਤਾ, ਅਤੇ ਬਹੁਤ ਮਿਹਨਤ ਨਾਲ ਲਿਆ, ਬਹੁਤ ਔਖੇ ਹੋ ਕੇ ਲਿਆ ਕਰਦਿਆਂ ਨੇ, ਅਤੇ ਇਹਦੇ ਨਾਲ ਹੀ ਸਾਡੀ ਜ਼ਿੰਦਗੀ ਮਾੜੀ ਮੋਟੀ ਸੈੱਟ ਹੋਈ, ਅਸੀਂ ਪੜ੍ਹ ਪੁੜ ਗਏ, ਨਹੀਂ ਬਹੁਤ ਔਖਾ ਸੀ, ਹਾਂਜੀ, ਅਤੇ ਨਹੀਂ ਬਹੁਤ ਔਖਾ ਸੀਗਾ ਤੁਹਾਨੂੰ ਪਤਾ ਹੀ ਆ, ਅਤੇ ਡੈਡੀ ਚਲੋ ਆਰਮੀ 'ਚ ਸੀਗੇ, ਥੋੜ੍ਹਾ ਬਹੁਤ ਉੱਥੋਂ ਹੈਲਪ ਹੋ ਜਾਂਦੀ ਆ, ਅਤੇ ਯਾਨੀ ਅੱਜ ਦੀ ਘੜੀ ਵੀ ਕਿਉਂ ਰੱਬ ਨੇ ਸ਼ੁਰੂ ਤੋਂ ਖੁਸ਼ੀਆਂ ਫੁੱਲ ਹੀ ਰੱਖੀਆਂ, ਹੁਣ ਇਸ ਟਾਈਮ ਯਾਨੀ ਚੰਨ ਸੀਮਾ 'ਤੇ ਆ, ਜਿਵੇਂ ਹੈਲਥ ਵੱਲੋਂ ਠੀਕ ਸੀ, ਸਾਰਾ ਕੁਛ ਠੀਕ, ਸਾਰਾ ਠੀਕ ਸੀਗਾ, ਹਾਂਜੀ, ਹੈਲਥ ਹੀ ਮੇਨ ਹੁੰਦੀ ਆ ਬੰਦੇ ਦੀ, ਵੈਲਥ ਤਾਂ ਆਉਂਦੀ ਜਾਂਦੀ ਚੀਜ਼ ਆ, ਹੈਲਥ ਮੇਨਟੇਨ ਰਹੇ, ਵੈਲਥ ਤਾਂ ਬੰਦਾ ਬਹੁਤ ਇਕੱਠੀ ਕਰ ਦਿੰਦਾ ਵਾ। ਅਤੇ ਹੁਣ ਮੋਟਰ 'ਤੇ ਨਜ਼ਾਰੇ ਨੇ ਜੀ, ਸਾਡੀ ਫੈਮਿਲੀ ਕਦੇ ਕਦੇ ਆਉਂਦੀ ਆ, ਮੰਮੀ ਹੁਣੇ ਵੀ ਆ ਜਾਂਦੇ ਆ, ਉਰੇ ਬਹਿ ਕੇ ਗੁੜ ਖਾਂਦੇ ਆ, ਉਰੇ ਬਹਿ ਕੇ ਰੋਟੀ ਖਾਂਦੇ ਆ, ਪੂਰਾ ਮਖੌਲੀ ਨੇ ਸਾਡੇ ਘਰ ਦੇ, ਸਾਨੂੰ ਪਤਾ ਹੀ ਆ, ਹੁਣ ਤਾਂ ਸਾਨੂੰ ਪਤਾ ਲੱਗ ਗਿਆ ਚਾਚਾ ਆਪਣਾ ਪੂਰਾ ਮਖੌਲੀ ਆ, ਅਤੇ ਚੰਗਾ ਜੀ ਸਾਰਿਆਂ ਨੂੰ, ਬਾਏ, ਪਿਆਰ ਭਰੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।